ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਦੇ ਦਿਨ ਸ਼ੁਰੂ ਹੋ ਗਏ। ਇਹ ਸੀ ਦਸਵੇਂ ਗੁਰੂ, ਸਿੱਖਾਂ ਦੇ ਦਸਵੇਂ ਗੁਰੂ ਸੀ ਅਤੇ ਇਹ ਉਹਨਾਂ ਦੀ ਆਪਾਂ ਹਿਸਟਰੀ ਸ਼ੁਰੂ ਕਰਨ ਲੱਗੇ। ਖੈਰ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਗੋ, ਅੱਜ ਗੱਲ ਕਰਾਂਗੇ ਇੱਕ ਐਸੀ ਮੁਸਲਿਮ ਬੀਬੀ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਸਿੱਖ ਦੀ ਕੁਆਰੀ ਵਿਧਵਾ ਬਣੀ ਰਹੀ 100 ਸਾਲ। ਸਰਸਾ ਨਦੀ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ, ਆਪਾਂ ਸੁਣਦੇ ਹਾਂ ਉਦੋਂ ਬਾਅਦ ਸਿੱਧਾ ਜ਼ਿਕਰ ਆਉਂਦਾ ਚਮਕੌਰ ਸਾਹਿਬ ਦਾ। ਪਰ ਕਹਿਰ ਦੀ ਉਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਪਹਿਲਾਂ ਕਿੱਥੇ ਰੁਕੇ? ਇੱਕ ਮੁਸਲਮਾਨ ਦੀ ਹਵੇਲੀ 'ਚ ਕਿਉਂ ਰੁਕੇ ਗੁਰੂ ਗੋਬਿੰਦ ਸਿੰਘ ਜੀ? ਗੁਰੂ ਗੋਬਿੰਦ ਸਿੰਘ ਜੀ ਦਾ ਉਸ ਫੌਜ ਦਾ ਸੈਨਾਪਤੀ ਜੋ ਲਹੂ ਲਹਾਨ ਹੋ ਗਿਆ ਸੀ, ਉਹਦਾ ਸਿਰ ਆਪਣੀ ਗੋਦੀ 'ਚ ਕਈ ਘੰਟੇ ਰੱਖ ਕੇ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਜੀ। ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਬਾਰਾ ਵਾਪਸ ਜੰਗ ਦੇ ਮੈਦਾਨ 'ਚ ਕਿਉਂ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ? ਅੱਜ ਆਪਾਂ ਗੱਲ ਕਰਾਂਗੇ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਉਸ ਰਾਤ ਦੀ ਜਦੋਂ ਚੱਪੇ ਚੱਪੇ 'ਤੇ ਮੁਗਲ ਫੌਜ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੂੰ ਲੱਭ ਰਹੀ ਸੀ, ਉਸ ਟਾਈਮ 'ਤੇ ਕਿੱਥੇ ਸੀਗੇ ਗੁਰੂ ਗੋਬਿੰਦ ਸਿੰਘ? ਹੁਣ ਗੱਲ ਸ਼ੁਰੂ ਕਰਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਜਿੱਤਿਆ ਤਾਂ ਥੋੜ੍ਹੇ ਟਾਈਮ ਬਾਅਦ ਹੀ ਮੁਗਲਾਂ ਨੇ ਆਪਣੀਆਂ ਸੌਹਾਂ ਤੋੜ ਕੇ ਹਜ਼ਾਰਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਨ ਲੱਗ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਆਪਣੀ ਫੌਜ ਦੀ ਟੁਕੜੀ ਨੂੰ 3 ਹਿੱਸਿਆਂ 'ਚ ਵੰਡਤਾ। ਬੀਬੀ ਭਿੱਖਾਂ ਅਤੇ ਭਾਈ ਜੀਵਨ ਸਿੰਘ ਜੀ ਨੂੰ 100 ਸਿੰਘਾਂ ਦਾ ਜਥਾ ਦੇ ਕੇ ਇੱਕ ਸਾਈਡ ਭੇਜਤਾ, ਭਾਈ ਬਚਿੱਤਰ ਸਿੰਘ ਜੀ ਨੂੰ 50 ਸਿੱਖਾਂ ਦਾ ਜਥਾ ਦੇ ਕੇ ਇੱਕ ਸਾਈਡ ਭੇਜਤਾ ਅਤੇ ਭਾਈ ਉਦੇ ਸਿੰਘ ਨੂੰ 50 ਸਿੱਖਾਂ ਦਾ ਜਥਾ ਦੇ ਕੇ ਇੱਕ ਸਾਈਡ ਭੇਜਤਾ ਕਿ ਇਹ ਮੁਗਲ ਫੌਜ ਨੂੰ ਰੋਕਣਗੇ ਅਤੇ ਅਸੀਂ ਸਰਸਾ ਨਦੀ ਪਾਰ ਕਰਾਂਗੇ। ਭਾਈ ਬਚਿੱਤਰ ਸਿੰਘ ਹੁਣ ਕੌਣ ਨੇ? ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਨੇ। ਭਾਈ ਬਚਿੱਤਰ ਸਿੰਘ ਉਹੀ ਆ ਜਦੋਂ ਇੱਕ ਵਾਰ ਰਾਜਾ ਕੇਸਰੀ ਚੰਦ ਨੇ, ਜਿਹੜਾ ਪਹਾੜੀ ਰਾਜਾ ਸੀਗਾ, ਉਹਨੇ ਅਨੰਦਪੁਰ ਦੇ ਕਿਲ੍ਹੇ 'ਤੇ ਹਮਲਾ ਕੀਤਾ ਸੀਗਾ। ਹੁਣ ਅਨੰਦਪੁਰ ਦਾ ਜਿਹੜਾ ਕਿਲ੍ਹਾ ਸੀ, ਲੋਹਗੜ ਦਾ ਕਿਲ੍ਹਾ, ਉਹਦੇ ਦਰਵਾਜ਼ੇ ਵੀ ਬਹੁਤ ਮਜ਼ਬੂਤ ਸੀ, ਕਿਲ੍ਹਾ ਵੀ ਬਹੁਤ ਮਜ਼ਬੂਤ ਸੀ, ਦਰਵਾਜ਼ੇ ਤਾਂ ਉਹ ਤੋੜ ਨਹੀਂ ਸਕਦੇ ਸੀ। ਫਿਰ ਉਹਨੇ ਕੀ ਕੀਤਾ ਸੀ, ਪਹਾੜੀ ਰਾਜੇ ਨੇ ਇੱਕ ਹਾਥੀ ਨੂੰ ਸ਼ਰਾਬ ਪਿਆਤੀ ਬਹੁਤ ਸਾਰੀ, ਵੀ ਇਹ ਪਾਗਲ ਹੋ ਜੂਗਾ ਹਾਥੀ ਤੇ ਜਾ ਕੇ ਟੱਕਰਾਂ ਮਾਰੂਗਾ ਕਿਲ੍ਹੇ ਦੀਆਂ ਦਰਵਾਜ਼ਿਆਂ 'ਚ ਅਤੇ ਦਰਵਾਜ਼ੇ ਟੁੱਟ ਜਾਣਗੇ। ਹਾਥੀ ਵੀ ਇੰਨਾ ਵੱਡਾ ਹਾਥੀ ਅਤੇ ਪੂਰਾ ਉਹਦਾ ਸਰੀਰ ਲੋਹੇ ਦੀ ਸੰਜੋਅ ਨਾਲ ਢੱਕਿਆ ਹੋਇਆ, ਉਹਦੇ ਮੱਥੇ 'ਤੇ ਇੱਕ ਲੋਹੇ ਦਾ ਤਵਾ ਲੱਗਿਆ ਹੋਇਆ ਅਤੇ ਉਹਦੇ ਸੁੰਡ 'ਤੇ ਨੋਕੀਲੀਆਂ, ਮਤਲਬ ਜਿਵੇਂ ਮੇਖਾਂ ਹੁੰਦੀਆਂ ਨੇ, ਉਹ ਜੜੀਆਂ ਹੋਈਆਂ ਪੂਰੀਆਂ। ਹਾਥੀ ਭੱਜਿਆ ਆ ਰਿਹਾ ਹੈ। ਹਾਥੀ ਇਹੋ ਜਿਹਾ ਸੀਗਾ ਵੀ ਜੇ ਉਹ ਇੱਕ ਸੁੰਡ ਮਾਰੇ ਤਾਂ 10-10 ਬੰਦਿਆਂ ਨੂੰ ਚੱਕ ਕੇ ਪਰਾਂ ਮਾਰੇ। ਭਾਈ ਬਚਿੱਤਰ ਸਿੰਘ ਜੀ ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਜਾਂਦੇ ਨੇ ਅਤੇ ਇੱਕੋ ਹੀ ਨਾਗਨੀ ਵਰਸ਼ਾ ਹਾਥੀ ਦੇ ਮੱਥੇ 'ਚ ਮਾਰਦੇ ਨੇ ਅਤੇ ਉਹ ਲੋਹੇ ਦੇ ਤਵੇ ਨੂੰ ਚੀਰਦਾ ਹੋਇਆ ਸਿੱਧਾ ਮੱਥੇ 'ਚ ਖੁੱਭ ਜਾਂਦਾ। ਹਾਥੀ ਉੱਥੋਂ ਵਾਪਸ ਭੱਜ ਜਾਂਦਾ ਅਤੇ ਆਪਦੀਆਂ ਫੌਜਾਂ ਨੂੰ ਹੀ ਤਰੜ ਦਿੰਦਾ। ਇਹ ਸੀਗੇ ਭਾਈ ਬਚਿੱਤਰ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸੈਨਾਪਤੀ ਸੀਗੇ। ਭਾਈ ਮਨੀ ਸਿੰਘ ਜੀ ਦੇ 5 ਪੁੱਤਰ ਸੀਗੇ ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕਰ ਦਿੱਤੇ ਸੀਗੇ। ਉਹਨਾਂ 'ਚੋਂ 1 ਸੀਗੇ ਭਾਈ ਬਚਿੱਤਰ ਸਿੰਘ ਜੀ ਅਤੇ ਦੂਸਰੇ ਸੀਗੇ ਭਾਈ ਉਦੇ ਸਿੰਘ ਜੀ, ਜਿਨ੍ਹਾਂ ਨੂੰ ਦੂਸਰੀ ਸਾਈਡ ਭੇਜਿਆ ਸੀਗਾ। ਬੀਬੀ ਭਿੱਖਾਂ ਜਿਹੜੇ ਤੀਸਰੀ ਸਾਈਡ ਭੇਜੇ ਸੀ ਜਥੇ 'ਚ ਮੁਗਲਾਂ ਨੂੰ ਰੋਕਣ ਲਈ। ਬੀਬੀ ਭਿੱਖਾਂ ਸਿੱਖ ਕੌਮ ਦੀ ਪਹਿਲੀ ਸ਼ਹੀਦ ਹੋਈ ਆ। ਸਿੱਖ ਕੌਮ 'ਚ ਆਪਾਂ ਜੇ ਭਾਈਆਂ ਦੀ ਗੱਲ ਕਰੀਏ, ਸਿੰਘਾਂ ਦੀ ਗੱਲ ਕਰੀਏ ਤਾਂ ਬਹੁਤ ਅਣਗਿਣਤ ਨਾਮ ਨੇ ਜਿਹੜੇ ਆਪਾਂ ਨੂੰ ਯਾਦ ਆਉਂਦੇ ਨੇ, ਪਰ ਇਹ ਚੀਜ਼ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸਿੱਖ ਕੌਮ ਦੀ
ਪਹਿਲੀ ਸ਼ਹੀਦ ਬੀਬੀ ਕੌਣ ਸੀ? ਉਹ ਸੀਗੀ ਬੀਬੀ ਭਿੱਖਾਂ ਝੱਖੀਆਂ ਪਿੰਡ ਦੀ ਜੂਹ ਤੇ ਸਰਸਾ ਨਦੀ ਦੇ ਕੋਲ ਮੁਗਲਾਂ ਨਾਲ ਇੱਕ ਝੜਪ ਹੋਈ ਸੀ, ਯੁੱਧ ਹੋਇਆ ਸੀ, ਉਸ 'ਚ ਸ਼ਹੀਦ ਹੋਏ ਸੀਗੇ ਬੀਬੀ ਭਿੱਖਾਂ। ਇਹਨਾਂ 'ਤੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਆ, ਉਹ ਤੁਸੀਂ ਦੇਖ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ 'ਤੇ ਪਹੁੰਚਣ ਤੋਂ ਪਹਿਲਾਂ ਇੱਕ ਪਿੰਡ ਆ ਮਲਕਪੁਰ, ਮਲਕਪੁਰ ਦੇ ਰੰਗੜ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਰੋਕ ਲੈਂਦੇ ਨੇ ਕਿ ਅਸੀਂ ਨਹੀਂ ਤੁਹਾਨੂੰ ਜਾਣ ਦਿੰਦੇ। ਉੱਥੇ ਫਿਰ ਭਾਈ ਬਚਿੱਤਰ ਸਿੰਘ ਜੀ ਉਹ ਰੰਗੜਾਂ ਨਾਲ ਲੜਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਸਰਸਾ ਨਦੀ ਵੱਲ ਨੂੰ ਚਲੇ ਜਾਂਦੇ ਨੇ। ਸਰਸਾ ਨਦੀ 'ਚ ਫਿਰ ਹੜ ਆ ਜਾਂਦਾ ਅਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ। ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ, ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਅਤੇ ਗੰਗੂ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਅਤੇ 40 ਸਿੱਖ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਉਸ ਰਾਤ ਨੂੰ ਕਿੱਥੇ ਜਾਂਦੇ ਨੇ? ਇੱਕ ਪਿੰਡ ਆ ਕੋਟਲਾ ਨਿਹੰਗ ਖਾਂ, ਉੱਥੇ ਇੱਕ ਮੁਸਲਿਮ ਰਹਿੰਦਾ ਸੀਗਾ, ਉਹਦਾ ਨਾਮ ਸੀਗਾ ਨਿਹੰਗ ਖਾਂ। ਉਹਦੀ ਹਵੇਲੀ 'ਚ ਜਾ ਕੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਰੁਕਦੇ ਨੇ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਮੁਗਲਾਂ ਦੀ ਫੌਜ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮਗਰ, ਅਤੇ ਕਈ ਪਿੰਡ ਦੇ ਰੰਗੜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਰੋਕਿਆ, ਅਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਇੱਕ ਮੁਸਲਮਾਨ ਦੀ ਹਵੇਲੀ 'ਚ ਹੀ ਕਿਉਂ ਜਾਂਦੇ ਨੇ? ਇਹਦਾ ਵੀ ਇੱਕ ਆਪਣਾ ਇਤਿਹਾਸ ਆ। ਜਿਹੜਾ ਨਿਹੰਗ ਖਾਂ ਸੀ ਉਹ ਬਹੁਤ ਤਕੜਾ ਮੁਸਲਮਾਨ ਸੀ, ਉਹ ਬਹੁਤ ਤਕੜਾ ਬੰਦਾ ਸੀਗਾ, ਨੇੜਲੇ 48 ਪਿੰਡਾਂ ਦਾ ਮਾਲਕ ਸੀਗਾ ਨਿਹੰਗ ਖਾਨ। ਹੁਣ ਨਿਹੰਗ ਖਾਨ ਦਾ ਇੱਕ ਆਪਣਾ ਇਤਿਹਾਸ ਆ, ਉਹ ਸਿੱਖ ਧਰਮ ਨਾਲ ਨੇੜਿਓਂ ਜੁੜਿਆ ਹੋਇਆ ਸੀਗਾ। ਕੌਣ ਆ ਇਹ ਨਿਹੰਗ ਖਾਨ? ਕੀ ਇਹਦਾ ਗੁਰੂ ਸਾਹਿਬਾਨਾਂ ਨਾਲ ਰਿਸ਼ਤਾ ਹੈ? ਕਿਉਂ ਗੁਰੂ ਗੋਬਿੰਦ ਸਿੰਘ ਜੀ ਐਡਾ ਵੱਡਾ ਯਕੀਨ ਕਰਦੇ ਨੇ ਉਹਦੇ ਕਿ ਇਹੋ ਜੀ ਔਖੀ ਘੜੀ 'ਚ ਉਹਦਾ ਘਰ ਹੀ ਚੁਣਿਆ ਜਾਂਦਾ ਹੈ ਕਿ ਉੱਥੇ ਜਾ ਕੇ ਅਸੀਂ ਰੋਕਾਂਗੇ? ਨਿਹੰਗ ਖਾਨ ਦਾ ਜਿਹੜਾ ਦਾਦਾ ਸੀਗਾ ਉਹਦਾ ਨਾਮ ਸੀਗਾ ਸਮਸ ਖਾਨ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ 'ਤੇ ਸੀਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਘੋੜੇ ਦੇ ਕੇ ਆਉਂਦੇ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਿਹਾ ਸੀਗਾ ਕਿ ਮੈਂ ਆਪਣੀ ਫੌਜ ਤਿਆਰ ਕਰਨ ਲੱਗਿਆਂ, ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ, ਮੈਨੂੰ ਆਪਣੀ ਜਵਾਨੀ ਦਿਓ, ਮੇਰੇ ਵਾਸਤੇ ਘੋੜੇ ਲੈ ਕੇ ਆਓ, ਤਾਂ ਸਮਸ ਖਾਨ ਹੋਣੀ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਘੋੜੇ ਦੇ ਕੇ ਆਉਂਦੇ ਸੀ। ਉੱਥੋਂ ਇਹਨਾਂ ਦਾ ਸਿੱਖ ਗੁਰੂਆਂ ਨਾਲ ਫਿਰ ਪਿਆਰ ਪੈ ਗਿਆ ਹੈ ਪਰਿਵਾਰ ਦਾ। ਉਸ ਤੋਂ ਬਾਅਦ ਫਿਰ ਸਮਸ ਖਾਨ ਦਾ ਪੁੱਤ ਹੋਇਆ ਨੌਰੰਗ ਖਾਨ, ਨੌਰੰਗ ਖਾਨ ਦਾ ਫਿਰ ਪੁੱਤ ਸੀਗਾ ਅੱਗੇ ਨਿਹੰਗ ਖਾਨ। ਇੱਥੋਂ ਤੱਕ ਸੀਗਾ ਇਹਨਾਂ ਦਾ ਪਿਆਰ ਕਿ ਜਿਹੜਾ ਨੌਰੰਗ ਖਾਨ ਸੀਗਾ ਉਹਦੇ ਕੋਈ ਔਲਾਦ ਨਹੀਂ ਸੀ ਹੋ ਰਹੀ। ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾਂਦਾ ਹੈ ਕਿ ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੇਰੇ ਘਰ ਕੋਈ ਵੀ ਬੱਚਾ ਨਹੀਂ ਹੈਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਨਾਲ ਫਿਰ ਨੌਰੰਗ ਖਾਨ ਦੇ ਘਰ ਬੱਚਾ ਪੈਦਾ ਹੋਇਆ ਅਤੇ ਉਹ ਕੀਰਤਪੁਰ ਲੈ ਕੇ ਗਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਉਸ ਬੱਚੇ ਦਾ ਨਾਮ ਫਿਰ ਨਿਹੰਗ ਖਾਨ ਰੱਖਿਆ। ਇੰਨਾ ਜ਼ਿਆਦਾ ਪਿਆਰ ਸੀਗਾ ਇਸ ਪਰਿਵਾਰ ਦਾ ਸਿੱਖ ਗੁਰੂਆਂ ਨਾਲ। ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਘਰ ਆਉਣਾ ਜਾਣਾ ਸਟਾਰਟ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 5 ਗੁਰੂ ਸਾਹਿਬਾਨ ਇਹਨਾਂ ਦੀ ਹਵੇਲੀ 'ਚ ਆਉਂਦੇ ਜਾਂਦੇ ਰਹੇ ਨੇ। ਹੁਣ ਆਪਾਂ ਆ ਜਾਂਦੇ ਹਾਂ ਵਾਪਸ ਉਸੇ ਰਾਤ 'ਤੇ। ਸਰਸਾ ਨਦੀ ਤੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੱਖਾਂ ਨਾਲ ਜਾ ਰਹੇ ਨੇ ਨਿਹੰਗ ਖਾਂ ਦੇ ਪਿੰਡ, ਉਹਦੀ ਹਵੇਲੀ ਵੱਲ। ਕਿਹੋ ਜਿਹਾ ਮਾਹੌਲ ਹੋਊਗਾ ਉਦੋਂ? ਮਹਿਲਾਂ 'ਚ ਰਹਿਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਅੱਜ ਕੱਚੀਆਂ ਰਾਹਾਂ 'ਤੇ ਤੁਰੇ ਜਾ ਰਹੇ ਨੇ। ਪੂਰਾ ਆਨੰਦਪੁਰ ਜਿਨ੍ਹਾਂ ਦਾ ਘਰ ਸੀਗਾ, ਅੱਜ ਉਹਨਾਂ ਦਾ ਕੋਈ ਘਰ ਟਿਕਾਣਾ ਹੀ ਨਹੀਂ ਹੈ। ਕੁਛ ਪਤਾ ਨਹੀਂ ਹੈ ਇੱਥੋਂ ਕਿੱਧਰ ਜਾਵਾਂਗੇ, ਕਿੰਨਾ ਟਾਈਮ ਰਵਾਂਗੇ, ਅੱਗੇ ਕਿੱਥੇ ਜਾਣਾ ਹੈ। ਪਹੁੰਚ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ
ਨਿਹੰਗ ਖਾਨ ਦੀ ਹਵੇਲੀ। ਹੁਣ ਨਿਹੰਗ ਖਾਨ ਦੇ ਪਰਿਵਾਰ 'ਚ ਕੌਣ ਕੌਣ ਹੈ? ਨਿਹੰਗ ਖਾਨ ਦੀ ਘਰਵਾਲੀ ਹੈ ਜਿਹਦਾ ਨਾਮ ਬੀਬੀ ਜੈਨਾ ਹੈ। ਨਿਹੰਗ ਖਾਨ ਦਾ ਇੱਕ ਮੁੰਡਾ ਹੈ ਆਲਮ ਖਾਨ। ਨਿਹੰਗ ਖਾਨ ਦੀ ਇੱਕ ਜਵਾਨ ਧੀ ਹੈ ਜਿਹਦਾ ਨਾਮ ਮੁਮਤਾਜ਼ ਹੈ। ਗੁਰੂ ਗੋਬਿੰਦ ਸਿੰਘ ਜੀ ਫਿਰ ਉਹਦੀ ਹਵੇਲੀ 'ਚ ਰੁਕਦੇ ਨੇ, ਸਾਹਿਬਜ਼ਾਦੇ ਵੀ ਨਾਲ ਨੇ ਅਤੇ 40 ਸਿੱਖ ਵੀ ਨਾਲ ਨੇ। ਹੁਣ ਉਹ ਪਿੰਡ ਦਾ ਮਾਹੌਲ ਸੋਚ ਕੇ ਦੇਖੋ, ਉਦੋਂ ਸਾਰੇ ਕਿਤੇ ਪਤਾ ਲੱਗ ਗਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਮੁਗਲ ਫੌਜ ਚੱਪੇ ਚੱਪੇ 'ਤੇ ਲੱਭ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉੱਥੇ 12 ਵਜੇ ਤੱਕ ਰੁਕਦੇ ਨੇ ਨਿਹੰਗ ਖਾਨ ਦੇ ਘਰ। ਅਤੇ ਉਸੇ ਹੀ ਪਿੰਡ ਦਾ ਇੱਕ ਸਿੱਖ ਸੀਗਾ ਭਾਗ ਸਿੰਘ, ਉਹ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਕਿ ਮਲਕਪੁਰ ਰੰਗਣਾ 'ਚ ਜਿਹੜੀ ਲੜਾਈ ਹੋਈ ਸੀ ਉੱਥੇ ਸਾਰੇ ਸਿੱਖ ਸ਼ਹੀਦ ਹੋ ਗਏ ਨੇ। ਅਤੇ ਉਹ ਚੱਖੀਆਂ ਪਿੰਡ ਦੀ ਖਬਰ ਵੀ ਦਿੰਦਾ ਹੈ ਕਿ ਬੀਬੀ ਭਿੱਖਾਂ ਅਤੇ ਭਾਈ ਜੀਵਨ ਸਿੰਘ ਜੀ ਵੀ ਸ਼ਹੀਦ ਹੋ ਗਏ ਨੇ ਅਤੇ ਭਾਈ ਉਦੇ ਸਿੰਘ ਵੀ ਸ਼ਹੀਦ ਹੋ ਗਏ ਨੇ। ਬਾਕੀ ਸਾਰੇ ਸਿੱਖਾਂ ਦੀ ਸ਼ਹੀਦੀ ਦੀ ਉਹ ਖਬਰ ਦਿੰਦਾ ਹੈ ਅਤੇ ਉਹ ਦੱਸਦਾ ਹੈ ਕਿ ਭਾਈ ਬਚਿੱਤਰ ਸਿੰਘ ਕਿ ਉਹ ਲਹੂ ਲਹਾਣ ਹੋਏ ਹੋਏ ਨੇ ਉੱਥੇ ਮਲਕਪੁਰ ਅਤੇ ਜੰਗ ਦੇ ਮੈਦਾਨ 'ਚ ਪਏ ਨੇ। ਬਹੁਤ ਜ਼ਿਆਦਾ ਮਾੜੀ ਹਾਲਤ ਆ ਉਹਨਾਂ ਦੀ, ਸਰੀਰ ਦਾ ਕੋਈ ਇਹੋ ਜਿਹਾ ਹਿੱਸਾ ਨਹੀਂ ਜਿੱਥੇ ਤਲਵਾਰਾਂ ਨੇਜਿਆਂ ਦੇ ਜ਼ਖਮ ਨਾ ਹੋਣ। ਹੁਣ ਗੁਰੂ ਗੋਬਿੰਦ ਸਿੰਘ ਜੀ ਫਿਰ ਇੱਥੇ ਕੀ ਕਰਦੇ ਨੇ ਤੁਸੀਂ ਸੋਚ ਕੇ ਦੇਖੋ। ਇੱਕ ਸਿੱਖ ਸੀਗਾ ਭਾਈ ਬਚਿੱਤਰ ਸਿੰਘ, ਬਾਕੀ ਸਾਰੇ ਸ਼ਹੀਦ ਹੋ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਭੇਜਦੇ ਨੇ, ਭੇਜਦੇ ਵੀ ਕਿਹਨੂੰ ਨੇ? ਹੁਣ ਉਹ ਮੌਤ ਦਾ ਮੂੰਹ ਕਹਿ ਸਕਦੇ ਆ ਇੱਕ ਵਾਰ ਜਿੱਥੋਂ ਆਏ ਨੇ। ਗੁਰੂ ਗੋਬਿੰਦ ਸਿੰਘ ਜੀ ਫਿਰ ਭੇਜਦੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਕਿ ਤੁਸੀਂ ਜਾਓ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਓ। ਨਾਲ ਜਾਂਦੇ ਨੇ ਭਾਈ ਬੁੱਢਾ ਸਿੰਘ ਜੀ। ਇੱਥੇ ਦੇਖੋ ਹੁਣ ਚਮਕੌਰ ਦੀ ਜੰਗ 'ਚ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਲੜਨ ਵਾਸਤੇ ਭੇਜਿਆ। ਇੱਥੋਂ ਦਾ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਉੱਥੋਂ ਵਾਪਸ ਜੰਗ ਦੇ ਮੈਦਾਨ 'ਚ ਭੇਜਦੇ ਨੇ, ਉਹ ਵੀ ਆਪਦੇ ਪੁੱਤ ਨੂੰ ਭੇਜਦੇ ਨੇ, ਬਾਕੀ ਸਿੱਖਾਂ ਨੂੰ ਨਹੀਂ ਭੇਜਦੇ। ਫਿਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਾਂਦੇ ਨੇ ਮਲਕਪੁਰ ਅਤੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਦੇ ਘੋੜੇ 'ਤੇ ਲੈ ਕੇ ਆਉਂਦੇ ਨੇ, ਕਿਉਂਕਿ ਭਾਈ ਬਚਿੱਤਰ ਸਿੰਘ ਦੀ ਹਾਲਤ ਉਸ ਟਾਈਮ 'ਤੇ ਇਹੋ ਜਿਹੀ ਸੀਗੀ ਵੀ ਉਹ ਆਪਦੇ ਘੋੜੇ 'ਤੇ ਬੈਠਣਾ ਤਾਂ ਦੂਰ ਦੀ ਗੱਲ, ਉਹ ਉੱਠ ਵੀ ਨਹੀਂ ਸਕਦੇ ਸੀਗੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਫਿਰ ਲੈ ਕੇ ਆਉਂਦੇ ਨੇ ਬਚਿੱਤਰ ਸਿੰਘ ਨੂੰ, ਜ਼ਖਮੀ ਹੋਏ ਨੂੰ, ਨਿਹੰਗ ਖਾਨ ਦੀ ਹਵੇਲੀ 'ਚ ਗੁਰੂ ਗੋਬਿੰਦ ਸਿੰਘ ਜੀ ਕੋਲ। ਫਿਰ ਉੱਥੇ ਦੇਖਭਾਲ ਕੀਤੀ ਜਾਂਦੀ ਆ ਜ਼ਖਮੀ ਬਚਿੱਤਰ ਸਿੰਘ ਦੀ। ਬਹੁਤ ਜ਼ਿਆਦਾ ਮਾੜਾ ਹਾਲ ਹੈ, ਆਪਣੇ ਆਖਰੀ ਸਾਹਾਂ 'ਤੇ ਨੇ ਤੁਸੀਂ ਇਹ ਕਹਿ ਸਕਦੇ ਹੋ। ਦੇਖਭਾਲ ਕੌਣ ਕਰਦਾ ਹੈ? ਦੇਖਭਾਲ ਕਰਦੀ ਹੈ ਨਿਹੰਗ ਖਾਨ ਦੀ ਜਵਾਨ ਧੀ ਬੀਬੀ ਮੁਮਤਾਜ਼। ਕਹਿੰਦੇ ਇੰਨਾ ਮਾੜਾ ਹਾਲ ਸੀਗਾ ਭਾਈ ਬਚਿੱਤਰ ਸਿੰਘ ਦਾ ਕਿ ਪਤਾ ਹੀ ਨਹੀਂ ਕਿੰਨੀਆਂ ਚਾਦਰਾਂ ਬਦਲਣੀਆਂ ਪਈਆਂ ਅਤੇ ਲਾਲ ਹੋ ਜਾਂਦੀਆਂ ਸੀ ਚਾਦਰਾਂ। ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਣੇ ਪਿਆਰੇ ਸਿੱਖ ਦਾ ਸਿਰ ਆਪਣੀ ਗੋਦੀ 'ਚ ਕਿੰਨੇ ਘੰਟੇ ਰੱਖੀ ਰੱਖਿਆ ਉਸ ਟਾਈਮ। ਬੀਬੀ ਮੁਮਤਾਜ਼ ਸੇਵਾ ਕਰਦੀ ਆ। ਹੁਣ ਗੁਰੂ ਗੋਬਿੰਦ ਸਿੰਘ ਜੀ ਉੱਥੇ ਰੁਕ ਨਹੀਂ ਸਕਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਫਿਰ ਉੱਥੋਂ ਚਮਕੌਰ ਦੀ ਗੜੀ ਵੱਲ ਨੂੰ ਰਵਾਨਾ ਹੁੰਦੇ ਨੇ ਤਕਰੀਬਨ ਰਾਤ ਨੂੰ 12 ਵਜੇ, ਤੇ ਬਚਿੱਤਰ ਸਿੰਘ ਦੀ ਸੇਵਾ ਦੀ ਡਿਊਟੀ ਲਾ ਜਾਂਦੇ ਨੇ ਨਿਹੰਗ ਖਾਨ। ਉਹਨਾਂ ਨੂੰ ਕਹਿੰਦੇ ਨੇ ਕਿ ਸਾਡਾ ਪਿਆਰਾ ਸਿੱਖ ਹੈ ਇਹ, ਜਿਵੇਂ ਤੂੰ ਸਾਡੀ ਸੇਵਾ ਕਰਦਾ ਹੈ ਉਵੇਂ ਹੀ ਤੂੰ ਇਹਦੀ ਸੇਵਾ ਕਰਨੀ ਹੈ। ਗੁਰੂ ਗੋਬਿੰਦ ਸਿੰਘ ਜੀ ਫਿਰ ਉੱਥੋਂ ਰਵਾਨਾ ਹੋ ਜਾਂਦੇ ਨੇ ਚਮਕੌਰ ਦੀ ਗੜੀ ਵੱਲ ਨੂੰ। ਤੇ ਇੱਥੇ ਹੁਣ ਦੇਖੋ ਤੁਸੀਂ, ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਉਹਨਾਂ ਦੇ ਨਾਲ ਘੋੜੇ ਵੀ ਸੀਗੇ। ਨਿਹੰਗ ਖਾਨ ਦਾ ਪਰਿਵਾਰ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਦੇ ਸਬੂਤ ਮਿਟਾਉਂਦਾ ਹੈ ਰਾਤ ਨੂੰ। ਬੱਚੇ, ਪਤਨੀ ਤੇ ਆਪ ਨਿਹੰਗ ਖਾਨ, ਉਹ ਪੂਰੇ ਫਿਰ ਘਰ ਦੇ ਬਾਹਰ ਜਿਹੜੇ ਘੋੜਿਆਂ ਦੇ ਨਿਸ਼ਾਨ ਸੀਗੇ ਉਹ ਸਾਰੇ ਮਿਟਾਉਂਦੇ ਨੇ। ਫਿਰ ਉਹ ਇਸੇ ਹੀ ਪਿੰਡ 'ਚੋਂ ਕੋਈ ਚੁਗਲੀ ਕਰ ਦਿੰਦਾ ਹੈ ਮੁਗਲਾਂ ਕੋਲ ਜਾ ਕੇ ਕਿ ਨਿਹੰਗ ਖਾਨ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਨੇ। ਤੇ ਚੌਧਰੀ ਜ਼ਾਫਰ ਬੇਗ ਫਿਰ ਆਪਦੀ
ਫੌਜ ਨਾਲ ਆਉਂਦਾ ਹੈ ਤੇ ਘੇਰਾ ਪਾ ਲੈਂਦਾ ਹੈ ਨਿਹੰਗ ਖਾਂ ਦੀ ਹਵੇਲੀ ਨੂੰ। ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉੱਥੋਂ ਜਾ ਚੁੱਕੇ ਸੀ, ਪਰ ਜ਼ਖਮੀ ਬਚਿੱਤਰ ਸਿੰਘ ਹਜੇ ਵੀ ਉਹਦੀ ਹਵੇਲੀ 'ਚ ਸੀਗਾ। ਪੂਰੀ ਹਵੇਲੀ ਦੀ ਛਾਣਬੀਨ ਕਰ ਲਈ ਜਾਂਦੀ ਹੈ। ਭਾਈ ਬਚਿੱਤਰ ਸਿੰਘ ਕਿੱਥੇ ਸੀਗੇ? ਉਹ ਜਿਹੜੇ ਕਮਰੇ 'ਚ ਸੀਗੇ, ਬੀਬੀ ਮੁਮਤਾਜ਼ ਵੀ ਉੱਥੇ ਹੀ ਸੇਵਾ ਕਰ ਰਹੇ ਸੀਗੇ, ਉਹ ਕਮਰਾ ਬੰਦ ਕਰ ਲਿਆ ਜਾਂਦਾ ਅੰਦਰੋਂ। ਹੁਣ ਇੱਕ ਚੀਜ਼ ਸੋਚ ਕੇ ਦੇਖੋ, ਜਿਹੜੇ ਮੁਸਲਮਾਨ ਧਰਮ ਆ ਨਾ, ਇਹ ਆਪਦੇ ਇਮਾਨ ਦੇ ਇੰਨੇ ਕੁ ਪੱਕੇ ਹੁੰਦੇ ਨੇ ਕਿ ਆਪਦੀ ਧੀਆਂ ਭੈਣਾਂ ਦੇ ਕਮਰੇ 'ਚ ਕਿਸੇ ਵੀ ਗੈਰ ਮਰਦ ਦੀ ਐਂਟਰੀ ਜਮ੍ਹਾਂ ਬੈਨ ਹੁੰਦੀ ਆ। ਤੇ ਇਹ ਪਰਿਵਾਰ ਦਾ, ਨਿਹੰਗ ਖਾਂ ਦਾ ਹੌਸਲਾ ਦੇਖੋ ਤੇ ਪਿਆਰ ਦੇਖੋ ਗੁਰੂ ਨਾਲ, ਕਿ ਆਪਣੀ ਜਵਾਨ ਧੀ ਨੂੰ ਇੱਕ ਗੈਰ ਮਰਦ ਨਾਲ ਇੱਕੋ ਕਮਰੇ 'ਚ ਬੰਦ ਕਰ ਦਿੱਤਾ ਉਸਨੇ। ਜ਼ਫਰ ਬੇਗ ਸਾਰੀ ਹਵੇਲੀ ਦੀ ਤਲਾਸ਼ੀ ਲੈ ਲੈਂਦਾ ਹੈ, ਸਾਰੀ ਦੀ ਹਵੇਲੀ ਦੀ ਤਲਾਸ਼ੀ ਲੈ ਕੇ ਨਿਗਾਹ ਪੈਂਦੀ ਆ ਉਹ ਕਮਰੇ ਦੇ ਬੰਦ ਦਰਵਾਜ਼ੇ ਤੇ। ਫਿਰ ਉਹ ਪੁੱਛਦਾ ਹੈ ਕਿ ਆਹ ਦਰਵਾਜ਼ਾ ਖੋਲੋ ਕਿ ਇਹ ਕਮਰੇ 'ਚ ਕੌਣ ਆ? ਤਾਂ ਨਿਹੰਗ ਖਾਨ ਫਿਰ ਉੱਥੇ ਕਹਿੰਦਾ ਹੈ ਕਿ ਇਸ ਕਮਰੇ 'ਚ ਮੇਰੀ ਧੀ ਤੇ ਮੇਰਾ ਜਵਾਈ ਹੈ। ਸੋਚ ਕੇ ਦੇਖੋ, ਉਸ ਪਿਓ ਦਾ ਦਿਲ ਦੇਖੋ ਕਿੰਨਾ ਵੱਡਾ ਸੀਗਾ, ਜਿਹੜਾ ਗੁਰੂ ਦੇ ਵਾਸਤੇ ਇੱਕ ਗੁਰੂ ਦੇ ਸਿੱਖ ਨੂੰ ਕਹਿ ਦਿੰਦਾ ਕਿ ਇਹ ਮੇਰਾ ਜਵਾਈ ਹੈ। ਫਿਰ ਉਹਨੂੰ ਐਂ ਸੀ ਵੀ ਇਹਨੂੰ ਸ਼ੱਕ ਨਾ ਹੋਵੇ, ਤਾਂ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਜੇ ਤੁਸੀਂ ਤੁਹਾਨੂੰ ਯਕੀਨ ਨਹੀਂ ਆ ਤਾਂ ਮੈਂ ਦਰਵਾਜ਼ਾ ਖੋਲ ਦਿੰਦਾ। ਇਹ ਸਾਰੀ ਗੱਲਬਾਤ ਅੰਦਰ ਬੈਠੀ ਨਿਹੰਗ ਖਾਂ ਦੀ ਧੀ ਮੁਮਤਾਜ਼ ਵੀ ਸੁਣ ਰਹੀ ਸੀ। ਉਹ ਅੰਦਰੋਂ ਆਵਾਜ਼ ਮਾਰਦੀ ਆ ਕਿ ਪਿਤਾ ਜੀ, ਕਿ ਇਹ ਤਾਂ ਸੌ ਗਏ ਨੇ, ਕਿ ਜੇ ਤੁਸੀਂ ਕਹੋ ਤਾਂ ਮੈਂ ਦਰਵਾਜ਼ਾ ਖੋਲਦਾ। ਤਾਂ ਫਿਰ ਜਿਹੜਾ ਚੌਧਰੀ ਜ਼ਾਫਰ ਬੇਗ ਸੀਗਾ, ਉਹਨੂੰ ਵੀ ਐਂ ਲੱਗਦਾ ਵੀ ਨਹੀਂ, ਚਲੋ ਵੀ ਹਨਾ, ਵੀ ਅੰਦਰੋਂ ਵੀ ਕੁੜੀ ਦੀ ਆਵਾਜ਼ ਆ ਗਈ ਹੈ। ਤੇ ਇਹ ਪਰਿਵਾਰ ਵੀ ਰਸੂਖਦਾਰ ਪਰਿਵਾਰ ਸੀਗਾ, ਅਮੀਰ ਪਰਿਵਾਰ ਸੀਗਾ, ਰਸੂਖਦਾਰ ਪਰਿਵਾਰ ਸੀਗਾ, ਮੁਗਲਾਂ ਦੇ ਰਾਜੇ ਦਰਬਾਰੇ ਵੀ ਪਹੁੰਚ ਸੀਗੀ ਇਹਨਾਂ ਦੀ। ਫਿਰ ਉਹ ਕਹਿੰਦਾ ਹੈ ਕਿ ਕੋਈ ਗੱਲ ਨੀ, ਤੁਹਾਡੀ ਕੁੜੀ ਕਿ ਮੇਰੀਆਂ ਵੀ ਭੈਣਾਂ ਵਰਗੀ ਆ, ਕਿ ਕੋਈ ਗੱਲ ਨੀ, ਠੀਕ ਹੈ, ਸੁੱਤੇ ਰਹਿਣ ਦੋ। ਫਿਰ ਉੱਥੋਂ ਇਹ ਵਾਪਸ ਚਲਿਆ ਜਾਂਦਾ ਹੈ। ਤੇ ਥੋੜੇ ਘੰਟਿਆਂ ਬਾਅਦ ਹੀ ਫਿਰ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ। ਭਾਈ ਬਚਿੱਤਰ ਸਿੰਘ ਜੀ ਨੂੰ ਪ੍ਰੋਪਰ ਉਹਨਾਂ ਦੇ ਸਿੱਖ ਰੀਤੀ ਰਿਵਾਜ਼ਾਂ ਦੇ ਮੁਤਾਬਕ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਤੁਸੀਂ ਇਹ ਵੀ ਦੇਖੋ ਕਿ ਸਾਰੇ ਪਿੰਡ 'ਚ ਇੱਕ ਡਰ ਦਾ ਮਾਹੌਲ ਹੈ, ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਹੀਂ ਦੇ ਰਿਹਾ, ਚੱਪੇ ਚੱਪੇ ਤੇ ਚੁਗਲਖੋਰ ਬੈਠੇ ਨੇ। ਉਸ ਰਾਤ ਨੂੰ ਕਿਵੇਂ ਇਹ ਪਰਿਵਾਰ ਨੇ ਉਹਨਾਂ ਦਾ ਸੰਸਕਾਰ ਕੀਤਾ ਹੋਊਗਾ? ਜਿਗਰਾ ਦੇਖੋ ਇਹ ਪਰਿਵਾਰ ਦਾ ਕਿੰਨਾ ਵੱਡਾ ਹੈ। ਇੱਥੋਂ ਫਿਰ ਹੁਣ ਸਮਾਂ ਬੀਤ ਜਾਂਦਾ ਹੈ, ਕਹਿ ਲਓ ਕਈ ਮਹੀਨੇ ਬੀਤ ਜਾਂਦੇ ਨੇ ਜਾਂ ਲਗਭਗ ਇੱਕ ਸਾਲ ਬੀਤ ਜਾਂਦਾ। ਤਾਂ ਜਿਹੜੀ ਬੀਬੀ ਮੁਮਤਾਜ਼ ਸੀਗੀ, ਉਹ ਪਹਿਲਾਂ ਕਿਤੇ ਮੰਗੀ ਹੋਈ ਸੀ। ਉਹ ਕਿੱਥੇ ਮੰਗੀ ਹੋਈ ਸੀ? ਜਿਹੜਾ ਨਿਹੰਗ ਖਾਨ ਹੈ ਉਹਦੀ ਭੈਣ ਸੀਗੀ ਬੀਬੀ ਉਮਰੀ। ਹੁਣ ਇਹ ਬੀਬੀ ਉਮਰੀ ਕੌਣ ਆ? ਭਾਈ ਗਨੀ ਖਾਂ, ਭਾਈ ਨਬੀ ਖਾਨ ਦਾ ਨਾਮ ਸਾਰਿਆਂ ਨੇ ਸੁਣਿਆ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ ਚੋਂ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਨੇ। ਇਹ ਉਹਨਾਂ ਦੀ ਮਾਤਾ ਸੀਗੀ ਬੀਬੀ ਉਮਰੀ। ਇਹ ਪੂਰਾ ਪਰਿਵਾਰ ਹੀ ਦੇਖੋ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ, ਕਿੰਨਾ ਪਿਆਰ ਹੈ। ਤਾਂ ਬੀਬੀ ਉਮਰੀ ਨੇ ਮੁਮਤਾਜ਼ ਦਾ ਰਿਸ਼ਤਾ ਆਪਦੇ ਪਿੰਡ ਕਰਵਾਇਆ ਹੋਇਆ ਸੀ ਕਿਸੇ ਨੇ। ਟਾਈਮ ਬੀਤ ਜਾਂਦਾ, ਹੁਣ ਇੱਕ ਸਾਲ ਦਾ ਟਾਈਮ ਬੀਤ ਗਿਆ ਉਹ ਗੱਲ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਨੇ। ਉਦੋਂ ਬਾਅਦ ਹੁਣ ਬੀਬੀ ਉਮਰੀ ਕਹਿੰਦੀ ਆ ਕਿ ਉਹ ਮੁੰਡੇ ਵਾਲੇ ਮੇਰੇ ਤੇ ਦਬਾਅ ਪਾ ਰਹੇ ਨੇ ਕਿ ਰਿਸ਼ਤਾ ਆਪਾਂ ਕਰੀਏ। ਉਹ ਨਿਹੰਗ ਖਾਨ ਨਾਲ ਗੱਲ ਕਰਦੀ ਆ। ਤਾਂ ਨਿਹੰਗ ਖਾਨ ਫਿਰ ਆਪਦੀ ਧੀ ਮੁਮਤਾਜ਼ ਨੂੰ ਬੁਲਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਇੱਦਾਂ ਕਰਕੇ ਸੁਨੇਹਾ ਆਇਆ ਹੈ, ਤੁਹਾਡੀ ਭੂਆ ਆਈ ਹੈ ਕਿ ਆਪਾਂ ਤੁਹਾਡਾ ਨਿਕਾਹ ਕਰ ਦਈਏ ਹੁਣ, ਜਿੱਥੇ ਤੁਹਾਡਾ ਰਿਸ਼ਤਾ ਪੱਕਾ ਹੋਇਆ ਸੀ। ਤਾਂ ਮੁਮਤਾਜ਼ ਇੱਥੇ ਪਤਾ ਕੀ ਗੱਲ ਕਹਿੰਦੀ ਆ ਆਪਣੇ ਪਿਓ ਨੂੰ, ਕਹਿੰਦੀ ਆ ਕਿ ਮੈਂ ਕਿਵੇਂ ਨਿਕਾਹ ਕਰ ਸਕਦੀ ਹਾਂ, ਕਿ ਮੈਂ ਤਾਂ ਇੱਕ ਸ਼ਹੀਦ ਦੀ ਬੇਵਾ। ਸਾਰੇ ਟੱਬਰ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿ ਤੂੰ ਕੀ ਬੋਲ ਰਹੀ ਆ। ਫਿਰ ਉਹ ਕਹਿੰਦੀ ਆ ਕਿ ਪਿਤਾ ਜੀ, ਤੁਸੀਂ ਭੁੱਲ ਗਏ
ਕਿ ਉਸ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਭਾਈ ਬਚਿੱਤਰ ਸਿੰਘ ਜ਼ਖਮੀ ਸੀ ਤੇ ਤੁਸੀਂ ਉਹ ਫੌਜਦਾਰ ਨੂੰ ਕਿਹਾ ਸੀ ਕਿ ਮੇਰਾ ਜਵਾਈ ਤੇ ਮੇਰੀ ਧੀ ਅੰਦਰ ਹੈ, ਕਿ ਮੈਂ ਤਾਂ ਉਸੇ ਟਾਈਮ ਹੀ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਸੀ, ਉਹ ਸ਼ਹੀਦ ਹੋ ਗਏ ਨੇ, ਭਾਵੇਂ ਮੈਂ ਇੱਕ ਸ਼ਹੀਦ ਦੀ ਬੇਵਾ, ਮੈਂ ਕਿਤੇ ਹੋਰ ਵਿਆਹ ਨਹੀਂ ਕਰ ਸਕਦੀ। ਜੇ ਕੋਈ ਹੋਰ ਹੁੰਦਾ ਤਾਂ ਉਹ ਜ਼ਬਰਦਸਤੀ ਕਰਦਾ ਮੁਮਤਾਜ ਨਾਲ, ਉਹ ਬਾਪ ਦਾ ਹੌਸਲਾ ਦੇਖੋ, ਉਹਨੇ ਕੋਈ ਜ਼ਬਰਦਸਤੀ ਨਹੀਂ ਕੀਤੀ। ਉਸ ਤੋਂ ਬਾਅਦ ਬੀਬੀ ਮੁਮਤਾਜ 100 ਸਾਲ ਜਿਉਂਦੀ ਰਹੀ ਤੇ ਭਾਈ ਨਿਹੰਗ ਖਾਂ ਨੇ ਉਹਨਾਂ ਵਾਸਤੇ ਇੱਕ ਕਿਲਾ ਬਣਵਾਤਾ ਸੀ ਉੱਚੀ ਜਗ੍ਹਾ ਤੇ, ਉੱਥੇ ਜਾ ਕੇ ਬੀਬੀ ਮੁਮਤਾਜ ਨੇ ਫਿਰ 100 ਸਾਲ ਕਹਿੰਦੇ ਉਹਨਾਂ ਕੋਲ ਮਾਲਾ ਹੁੰਦੀ ਸੀ, ਉਹਨਾਂ ਨੇ ਵਾਹਿਗੁਰੂ ਦਾ ਨਾਮ ਹੀ ਲਿਆ ਬਸ ਸਿਰਫ ਉਹਨਾਂ ਦੇ ਨਾਮ ਤੇ। ਹੁਣ ਵੀ ਕੋਟਲਾ ਨਿਹੰਗ ਖਾਨ ਕੋਲ ਮੁਮਤਾਜਗੜ੍ਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਹ ਸੀਗਾ ਦੇਖੋ ਉਹ ਪਰਿਵਾਰ, ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਕੁਰਬਾਨੀ ਹੈ ਉਹ ਆਪਾਂ ਭੁੱਲ ਨਹੀਂ ਸਕਦੇ। ਸਿੱਖ ਧਰਮ ਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਆ। ਬਾਅਦ ਚੋਂ ਫਿਰ ਇਹਨਾਂ ਦਾ ਪਰਿਵਾਰ ਜਦੋਂ 1947 ਦੀ ਵੰਡ ਹੋਈ ਆ ਫਿਰ ਇਹ ਪਾਕਿਸਤਾਨ ਚਲਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਉਸ ਰਾਤ ਜਦੋਂ ਗਏ ਨੇ ਨਿਹੰਗ ਖਾਨ ਦੀ ਹਵੇਲੀ ਚੋਂ ਚਮਕੌਰ ਦੀ ਗੜੀ ਵੱਲ ਨੂੰ, ਤਾਂ ਉਹ ਪਿਆਰ ਨਾਲ ਕੁਛ ਨਿਸ਼ਾਨੀਆਂ ਦੇ ਕੇ ਗਏ ਸੀਗੇ। ਗੁਰੂ ਗੋਬਿੰਦ ਸਿੰਘ ਜੀ ਆਪਦੀ ਢਾਲ ਦੇ ਕੇ ਗਏ ਸੀ, ਗੁਰੂ ਗੋਬਿੰਦ ਸਿੰਘ ਜੀ ਆਪਣੀ ਇੱਕ ਕਟਾਰ ਦੇ ਕੇ ਗਏ ਸੀਗੇ ਜਿਹੜੀ ਇਹ ਪਰਿਵਾਰ ਨੇ ਸਾਂਭ ਕੇ ਰੱਖੀ। ਤੇ ਜਦੋਂ ਇਹ ਪਰਿਵਾਰ ਪਾਕਿਸਤਾਨ ਗਿਆ ਵੰਡ ਵੇਲੇ ਤਾਂ ਉਹ ਇੱਥੇ ਹੀ ਸੌਂਪ ਗਏ ਸੀ। ਇਹ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੁਣ ਵੀ ਕੋਟਲਾ ਨਿਹੰਗ ਖਾਨ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਭੱਠਾ ਸਾਹਿਬ ਤੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਆ ਉੱਥੇ ਹੁਣ ਵੀ ਮੌਜੂਦ ਨੇ। ਇਹ ਪਰਿਵਾਰ ਦੀ ਜਿਹੜੀ ਕੁਰਬਾਨੀ ਆ ਉਹਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇਹੋ ਜਿਹੇ ਪਰਿਵਾਰ ਅਨੇਕਾਂ ਹੀ ਪਰਿਵਾਰ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਉਹਨਾਂ ਸਾਰਿਆਂ ਦੀਆਂ ਕਹਾਣੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਨਿਹੰਗ ਖਾਨ ਦੀ ਉਹ ਹਵੇਲੀ ਅੱਜ ਵੀ ਮੌਜੂਦ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਹਿਬਜ਼ਾਦੇ ਤੇ ਸਿੱਖਾਂ ਨਾਲ ਉਸ ਰਾਤ ਰੁਕੇ। ਉਹ ਕਮਰਾ ਵੀ ਮੌਜੂਦ ਆ ਜਿੱਥੇ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੋਈ। ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਏਦਾਂ ਦੀਆਂ। ਅਨੰਦਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ, ਮੈਂ ਤੈਨੂੰ ਬਹਾਦਰੀ ਕਹਾਂਗਾ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜੰਗ ਹੈ, ਇਹ ਜੰਗ ਜਿੱਤ ਦਾ ਜਾਂ ਹਾਰ ਦਾ ਫੈਸਲਾ ਨਹੀਂ, ਇਹ ਫੈਸਲਾ ਕਾਮਯਾਬੀ ਦਾ ਅਤੇ ਨਾਕਾਮੀ ਦਾ ਵੈ। ਹਾਂ, ਆਪਾਂ ਪਹਿਲੇ ਇਸ ਚੀਜ਼ ਨੂੰ ਆਪਾਂ ਦਿਨ 'ਚ ਰੱਖ ਲਈਏ। ਅੱਛਾ, ਇਹ ਸੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ 10ਵੇਂ ਗੁਰੂ। ਉਹ ਰਹਿੰਦੇ ਸੀ ਅਨੰਦਪੁਰ ਸਾਹਿਬ, ਉੱਥੇ ਕਿਲ੍ਹਾ ਸੀਗਾ ਅਤੇ ਉਹਨਾਂ ਦੇ 4 ਸਾਹਿਬਜ਼ਾਦੇ ਵੀ ਸੀਗੇ ਅਤੇ ਉੱਥੇ ਮੁਗਲਾਂ ਨੇ ਹਮਲਾ ਕੀਤਾ। ਪਹਾੜੀ ਰਾਜੇ ਵੀ ਸੀਗੇ ਜਿਹੜੇ ਹਿੰਦੂ, ਉਹਨਾਂ ਨੇ ਵੀ ਹਮਲਾ ਕੀਤਾ। ਮਤਲਬ ਉੱਥੇ ਜਿਹੜੇ ਲੋਕ ਸੀਗੇ ਉਹ ਇਹਨਾਂ ਦੇ, ਮਤਲਬ ਗੁਰੂ ਸਾਹਿਬ ਦੇ ਕੋਲ ਇੰਨਾ ਕੁ ਸਕੂਨ ਸੀਗਾ, ਮੇਰੇ ਕਹਿਣ ਦਾ ਮਤਲਬ ਇਹ ਵੀ ਮੈਂ ਨਾਲ ਦੱਸਦਾ ਚੱਲਾਂ ਕਿ ਇੰਨਾ ਕੁ ਸਕੂਨ ਸੀਗਾ ਉਹਨਾਂ ਦੇ ਘਰ ਕਿ ਸਿੱਖ ਹੁੰਦੇ ਸੀ, ਲੋਕ ਜਾਂਦੇ ਸੀ ਇਹਨਾਂ ਕੋਲ ਸਕੂਨ ਲੈਣ ਵਾਸਤੇ ਬੜੀ ਬੜੀ ਦੂਰੋਂ। ਲੇਕਿਨ ਜਿਹੜੇ ਬੇਸਕੂਨੇ ਸੀ ਨਾ, ਜਿਹਨਾਂ ਘਰ ਬੇਸਕੂਨੇ ਸੀ, ਉਹਨਾਂ ਨੂੰ ਇੰਨੀ ਬੇਸਕੂਨੀ ਹੋਈ ਕਿ ਇਹ ਮਗਰੋਂ ਆ ਕੇ ਇਹਦੇ ਘਰ ਇੰਨਾ ਸਕੂਨ ਅਤੇ ਇੰਨੀਆਂ ਲਹਿਰਾਂ ਬਹਿਰਾਂ ਲੱਗੀਆਂ ਅਤੇ ਸਾਨੂੰ ਕੋਈ ਪੁੱਛਦਾ ਕੋਈ ਨਹੀਂ। ਮਤਲਬ ਕਹਿੰਦਾ ਹੈ ਕਿ ਉਹਨਾਂ ਨੂੰ ਅੰਦਰੋਂ ਇੰਨੀ ਬੇਸਕੂਨੀ ਕਿ ਅਗਲੇ ਦਾ ਸਕੂਨ ਦੇਖ ਕੇ ਵੀ ਉਹਨੂੰ ਸਕੂਨ ਨਹੀਂ ਸੀ ਹੋਇਆ। ਅੱਜ ਵੀ ਕਈ ਘਰ ਇੱਦਾਂ ਦੇ ਹੁੰਦੇ ਆ, ਅੱਜ ਵੀ ਆਪਾਂ ਦੇਖੀਏ ਨਾ ਕਈ ਘਰ ਇੱਦਾਂ ਦੇ ਹੁੰਦੇ ਆ, ਉਹ ਸਕੂਨ ਦੇਖ ਕੇ ਤਾਂ ਉਹਨਾਂ ਨੂੰ ਫਿਰ ਵੀ ਬੇਸਕੂਨੀ ਰਹਿੰਦੀ ਕਿ ਇਹਨਾਂ ਘਰ ਕਿਉਂ ਨਹੀਂ ਬੇਸਕੂਨੀ, ਇਹਨਾਂ ਘਰ ਲੜਾਈ ਕਿਉਂ ਨਹੀਂ ਹੈ। ਇਹੋ ਚੀਜ਼ ਉਹ ਪਹਾੜੀ ਰਾਜਿਆਂ ਨੂੰ ਸੀ ਅਤੇ ਇਹੋ ਹੀ ਮੁਗਲਾਂ ਨੂੰ ਸੀ ਕਿ ਯਾਰ ਇਹ ਆਪਸ 'ਚ ਕਿਉਂ ਨਹੀਂ ਗੇ ਲੜਦੇ। ਹਾਂ,
ਉਹਨਾਂ ਨੇ ਹਮਲਾ ਕੀਤਾ ਹਮਲਾ ਕੀਤਾ ਫਿਰ ਗੁਰੂ ਸਾਹਿਬ ਅਤੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਸਾਹਿਬਜ਼ਾਦੇ ਸੀ ਉੱਥੋਂ ਨਿਕਲ ਆਏ ਫਿਰ ਇੱਕ ਨਦੀ ਹੈ ਫਿਰ ਜਿਹੜਾ ਹੁੰਦਾ ਨਾ ਉਹ ਨਦੀ ਦੇ ਵਿੱਚੋਂ ਆਉਂਦੇ ਆ ਫਿਰ ਮਤਲਬ ਕਿ ਸਰਦੀ ਦਾ ਮੌਸਮ ਫਿਰ ਇਹ ਚੀਜ਼ ਦੇਖੋ ਕਿ ਸਰਦੀ ਦਾ ਮੌਸਮ ਫਿਰ ਉੱਥੋਂ ਬਚਦੇ ਬਚਾਉਂਦੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਨਾ ਤਾਂ ਫਿਰ ਉਹ ਫਿਰ ਜਾਂਦੇ ਆ ਜਿਹੜਾ ਨਿਹੰਗ ਸਿੰਘ ਮੁਸਲਮਾਨ ਸੀ ਨਾ ਇਹਦੇ ਘਰ ਜਾਂਦੇ ਇਹ ਚੀਜ਼ ਆਪਾਂ ਸੁਣਦੇ ਸੀ ਬਿਲਕੁਲ ਮੈਨੂੰ ਵੀ ਇਹ ਸਭ ਇੱਕ ਜੋਸ਼ ਹੈ ਇਹ ਮੈਨੂੰ ਵੀ ਸਭ ਤੋਂ ਜ਼ਿਆਦਾ ਇਹ ਅੱਛੀ ਗੱਲ ਲੱਗੀ ਹੈ ਕਿ ਉਹਨਾਂ ਨੂੰ ਆਪਣੇ ਘਰ ਰੱਖ ਲੈਂਦੇ ਆ ਮੁਸਲਮਾਨ ਨੇ ਉਹਨੂੰ ਆਪਣੇ ਘਰ ਰੱਖ ਲੈਂਦੇ ਇੱਜ਼ਤ ਦਿੰਦੇ ਹਰ ਤਰ੍ਹਾਂ ਦੀ ਇੱਜ਼ਤ ਦਿੰਦੇ ਆ ਕਿ ਕੋਈ ਉਹਨਾਂ ਦੇ ਨਾਲ ਨਹੀਂ ਕਰਦੇ ਅਗਰ ਉਹਨਾਂ ਦੇ ਘਰ ਉਹ ਉਹਨੂੰ ਲੱਭਣ ਆ ਜਾਂਦੇ ਆ ਤਾਂ ਉਹਨੂੰ ਇਹ ਨਹੀਂ ਕਰਦੇ ਕਿ ਉਹਨੂੰ ਸਾਹਮਣੇ ਕਰ ਦਿੰਦੇ ਉਹਨੂੰ ਆਪਣਾ ਜਵਾਈ ਸਮਝ ਕੇ ਜਵਾਈ ਬਣਾ ਯਾਰ ਇੱਕ ਛੋਟੀ ਗੱਲ ਨਹੀਂ ਹੈ ਅਸੀਂ ਸਮਝਦੇ ਅਸੀਂ ਮੁਸਲਮਾਨ ਸਮਝਦੇ ਹਾਂ ਕਿ ਅਸੀਂ ਬੀਬੀਆਂ ਨੂੰ ਜਿਹੜਾ ਹੁੰਦਾ ਨਾ ਇੰਨਾ ਕੁ ਸੰਭਾਲ ਕੇ ਰੱਖਦੇ ਹਾਂ ਕੋਈ ਮਰਦ ਵੀ ਉਹਨਾਂ ਦਾ ਮੂੰਹ ਨਹੀਂ ਦੇਖ ਸਕਦਾ ਇਸ ਤਰ੍ਹਾਂ ਦੀ ਚੀਜ਼ ਮਤਲਬ ਕਿ ਮੁਸਲਮਾਨਾਂ ਦੀ ਇੱਕ ਗੱਲ ਹੈ ਅੜਾ ਬੁਰਖਾ ਪਾਉਂਦੇ ਨਾ ਮਤਲਬ ਕਿ ਬਾਣਾ ਜਿਹੜਾ ਹੈਗਾ ਮੁਸਲਮਾਨਾਂ ਦਾ ਇਹ ਐਵੇਂ ਨਹੀਂ ਹੈ ਸਿਰਫ ਇਸੇ ਕਰਕੇ ਕਿ ਇਹ ਇੱਕ ਗੈਰ ਮਰਦ ਦੇਖ ਨਹੀਂ ਸਕਦਾ ਨਹੀਂ ਦੇਖ ਸਕਦਾ ਕਿਉਂਕਿ ਇਹਨਾਂ ਦਾ ਰੁਤਬਾ ਬੜਾ ਉੱਚਾ ਵੈ ਅਤੇ ਹੀਰੇ ਨੂੰ ਸਾਹਮਣੇ ਨਹੀਂ ਰੱਖੀਦਾ ਹੀਰੇ ਨੂੰ ਲੁਕਾ ਕੇ ਰੱਖੀਦਾ ਵੈ ਸਾਡਾ ਮੁਸਲਮਾਨਾਂ ਦਾ ਇਹ ਚੀਜ਼ ਹੈ ਅਤੇ ਉਹਨਾਂ ਨੇ ਆਪਣੇ ਹੀਰੇ ਨੂੰ ਆਪਣੀਆਂ ਇੱਜ਼ਤਾਂ ਹਰ ਚੀਜ਼ ਦੁਨੀਆ ਦੀ ਹਰ ਚੀਜ਼ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ ਦੇਤੀ ਮੁਸਲਮਾਨ ਨੇ ਹਾਲਾਂਕਿ ਮੁਸਲਮਾਨ ਨੂੰ ਤਾਂ ਇਹ ਕਹਿਣਾ ਚਾਹੀਦਾ ਸੀਗਾ ਕਿ ਭਾਈ ਕੀ ਸਾਡਾ ਤਲਕ ਹੈ ਅਸੀਂ ਮੁਸਲਮਾਨ ਹੈ ਤੂੰ ਹੋਰ ਆ ਤੂੰ ਹੋਰ ਕਿਸੇ ਘਰ ਆਪਣਾ ਆਪਣਾ ਕਿਉਂ ਨਹੀਂ ਘਰ ਲੱਭਦਾ ਹਾਏ 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 ਪਰ ਗੱਲ ਕਾਮਯਾਬੀ ਦੀ ਅਤੇ ਨਾਕਾਮੀ ਦੀ ਹੈ ਗੁਰੂ ਗੋਬਿੰਦ ਸਿੰਘ ਜੀ ਮੈਂ ਤਾਂ ਸਮਝਦਾ ਜੋ ਅਸੀਂ ਮੁਸਲਮਾਨ ਨੇ ਜੋ ਮੈਂ ਸਮਝਦਾ ਕਿ ਉਹ ਤਾਂ ਕਾਮਯਾਬ ਹੈ ਜਿਨ੍ਹਾਂ ਦੇ ਉੱਤੇ ਵਕਤ ਆਇਆ ਉਹ ਤਾਂ ਕਾਮਯਾਬ ਹੈ ਅੱਗੋਂ ਇਮਤਿਹਾਨ ਲੋਕਾਂ ਦਾ ਸੀਗਾ ਉਹ ਪਹਾੜੀ ਰਾਜਿਆਂ ਦਾ ਸੀਗਾ ਉਹਨਾਂ ਲੋਕਾਂ ਦਾ ਸੀਗਾ ਜਿਹਨਾਂ ਜਿਹਨਾਂ ਰਸਤਿਆਂ ਦੇ ਵਿੱਚ ਗਏ ਉਹਨਾਂ ਲੋਕਾਂ ਦਾ ਇਮਤਿਹਾਨ ਸੀਗਾ ਉਹਨਾਂ ਨੇ ਕਾਮਯਾਬ ਹੋਣਾ ਸੀ ਕਿ ਨਾਕਾਮ ਹੋਣਾ ਸੀ ਕਿਉਂਕਿ ਗੱਲ ਹੀ ਕਾਮਯਾਬੀ ਦੀ ਅਤੇ ਨਾਕਾਮੀ ਦੀ ਹੈ ਸੋ ਇਹਨੂੰ ਕਹਿੰਦੇ ਕਾਮਯਾਬੀ ਇਹਨੂੰ ਕਹਿੰਦੇ ਆ ਮੁਸਲਮਾਨ ਇਹਨੂੰ ਕਹਿੰਦੇ ਆ ਕਾਮਯਾਬ ਮੁਸਲਮਾਨ ਅਤੇ ਬਾਕੀ ਜੰਗ ਜਿੱਤ ਜਾਣਾ ਜੰਗ ਹਾਰ ਜਾਣਾ ਇਹ ਕੋਈ ਕਾਮਯਾਬੀ ਨਹੀਂ ਹੈ ਉੱਥੋਂ ਘਰੋਂ ਨਸਾ ਦੇਣਾ ਇਸ ਤਰ੍ਹਾਂ ਕੁਛ ਵੀ ਕਰ ਲੈਣਾ ਉਹਦੇ ਘਰ 'ਤੇ ਕਬਜ਼ਾ ਕਰ ਲੈਣਾ ਇਹ ਕੋਈ ਕਾਮਯਾਬੀ ਨਹੀਂ ਹੈ ਅਸਲ ਕਾਮਯਾਬੀ ਕੀ ਹੈ ਆਪਾਂ ਨੂੰ ਗੱਲ ਹੁੰਦੀ ਲੋਕਾਂ ਦੇ ਦਿਲ ਜਿੱਤ ਲੈਣਾ ਲੋਕਾਂ ਦੇ ਨਾਲ ਹੱਕ ਦੇ ਉੱਤੇ ਖਲੋਣਾ ਬਿਲਕੁਲ ਹੱਕ ਦੇ ਉੱਤੇ ਖੜੇ ਰਹਿਣਾ ਭਾਵੇਂ ਘਰ ਬਰਬਾਦ ਹੁੰਦਾ ਹੋ ਜਾਵੇ ਬਿਲਕੁਲ ਹਾਂ ਛੋਟੀ ਗੱਲ ਹੈ ਅਨੰਦਪੁਰ ਸਾਹਿਬ ਆਪਣਾ ਘਰ ਬਾਹਰ ਛੱਡਣਾ ਇਹ ਵੀ ਨਹੀਂ ਪਤਾ ਜਾਣਾ ਕਿੱਥੇ ਇਹ ਵੀ ਕੋਈ ਨਹੀਂ ਪਤਾ ਕੋਈ ਮਾਮਾ ਚਾਚਾ ਤਾਇਆ ਕੋਈ ਚੱਕਰ ਹੀ ਕੋਈ ਨਹੀਂ ਬਿਲਕੁਲ ਅਤੇ ਉੱਤੋਂ ਸਰਦੀ ਅਤੇ ਰਾਤ ਦਾ ਮੌਸਮ ਸੀ ਬਾਕੀ ਸ਼ਹੀਦੀ ਦਿਹਾੜਾ ਵੈ ਜੋ ਅਸੀਂ ਆਪਣੀ ਮੁਸਲਮਾਨੀ ਦੀ ਨਜ਼ਰ ਵਿੱਚ ਜੋ ਹੀ ਸਮਝਦੇ ਹਾਂ ਕਿ ਇਹਨੂੰ ਕਹਿੰਦੇ ਆ ਕਾਮਯਾਬੀ ਸੋ ਇਹ ਦੇਖੋ ਕਾਮਯਾਬ ਹੋਏ ਆ ਕਿ ਨਾਕਾਮ ਹੋਏ ਆ ਉਹ ਮੁਸਲਮਾਨ ਕਾਮਯਾਬ ਹੋਇਆ ਵੈ ਨਾਕਾਮ ਹੋਇਆ ਵੈ ਅਤੇ ਜਿਹੜੇ ਪਹਾੜੀ ਰਾਜੇ ਹੋਣ ਜਾਂ ਮੁਗਲ ਜਿਹਨਾਂ ਨੇ ਉਹ ਮਤਲਬ ਜਿਹੜਾ ਜ਼ੁਲਮ ਕੀਤਾ ਉਹ ਕਾਮਯਾਬ ਹੋਏ ਕਿ ਨਾਕਾਮ ਹੋਇਆ ਬਸ ਇੰਨੀ ਗੱਲ ਹੈ ਕਿਉਂਕਿ ਇਮਤਿਹਾਨ ਉਦੋਂ ਲੋਕਾਂ ਦਾ ਸੀਗਾ ਉਹ ਲੋਕਾਂ ਨੇ ਫੈਸਲਾ ਕਰਨਾ ਸੀ ਕਿ ਅਸੀਂ ਕਾਮਯਾਬ ਹੋਣਾ ਕਿ ਨਾਕਾਮ ਹੋਣਾ ਬਸ ਬਾਕੀ ਜੋ ਅਸੀਂ ਆਪਣੀ ਮੁਸਲਮਾਨੀ ਦੀ ਨਜ਼ਰ ਵਿੱਚ ਜੋ ਸਮਝਣੇ ਸੀ ਉਹ ਤੁਹਾਨੂੰ ਦੱਸਤਾ ਬਾਕੀ ਤੁਹਾਡਾ ਕੀ ਖਿਆਲ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਲੇਕਿਨ ਮੁਸਲਮਾਨ ਦੱਸੋ